ਡੱਕਣ ਵਾਲੇ ਅਸੀਂ ਤੇ ਸ਼ਰਿਆਂ ਵੇਚਣਾ, ਸਾਡੀ ਸਪੋਰਟ ਬਹੁਤ ਆ, ਸਾਡੀ ਮੰਤਰੀਆਂ ਦੀ ਵੀ ਸਪੋਰਟ ਆ, ਥਾਣੇ ਦੀ ਵੀ ਸਪੋਰਟ ਆ ਤੇ ਦੂਜੇ ਮੁੰਡਿਆਂ ਦੀ ਵੀ ਸਪੋਰਟ ਆ, ਜੇ ਕਹਿੰਦੇ ਆ ਤੇ ਕਹਿੰਦੇ ਮੁੰਡੇ ਪਵਾ ਦਾਂਗੇ ਬਾਹਰੋਂ। ਮੰਗ ਇਹੀ ਕਰਨੇ ਆ ਵੀ ਚਿੱਟੇ ਦਾ ਨਸ਼ਾ ਜਿਹੜਾ ਇੱਥੋਂ ਮੁੱਕਣਾ ਚਾਹੀਦਾ ਆ, ਸਾਡੇ ਬੱਚੇ ਅਜੇ ਤੇ ਛੋਟੇ ਆ ਤੇ ਜਦੋਂ ਵੱਡੇ ਹੋ ਉਹਨਾਂ ਨੇ ਫਿਰ ਇਸੇ ਕੰਮੇ ਲੱਗਣਾ ਆ, ਅਗਲੀ ਪੀੜ੍ਹੀ ਜਿਹੜੀ ਉਹ ਖਤਮ ਹੋ ਜਾਣੀ ਆ ਨਸ਼ੇ ਦੇ ਨਾਲ। ਇੱਕ ਇੱਕ ਜੀ ਹਰ ਇੱਕ ਦਾ ਇੱਕ ਇੱਕ ਬੱਚਾ ਹੈਗਾ ਆ, ਹੁਣ ਤੁਸੀਂ ਵੇਖੋ ਕਿੰਨੇ ਬੱਚੇ ਨਸ਼ੇ ਦੇ ਨਾਲ ਮਰਦੇ ਪਏ ਆ, ਕਿਸੇ ਨੇ ਕਿਤੇ ਟੀਕਾ ਲਾ ਕੇ ਮਰ ਗਿਆ, ਕੋਈ ਕਿਤੇ ਟੀਕਾ ਲਾ ਕੇ ਮਰ ਗਿਆ, ਕੋਈ ਪੁੱਛਦਾ ਹੈਗਾ, ਕੋਈ ਪੁੱਛਦਾ ਨੀ, 4 ਦਿਨ ਜਾਂ ਆਉਂਦੇ ਨੇ ਪੁਲਿਸ ਵਾਲੇ, ਉਹ ਵੀ ਆਪਣਾ ਕੰਮ ਕਰਕੇ ਬਾਹਰ ਜਾਂਦੇ, ਕੋਈ ਨੀ ਪੁੱਛਦਾ ਕਿਸੇ ਨੂੰ। ਮਾਵਾਂ ਰੋਂਦੀਆਂ ਰਹਿੰਦੀਆਂ ਨੇ, ਘਰ ਦਾ ਸਾਰਾ ਸਮਾਨ ਵੇਚ ਛੱਡਿਆ ਕਈਆਂ ਨੇ, ਕੋਈ ਨੀ ਪੁੱਛਦਾ ਇੱਥੇ। ਕੀ ਨਾਮ ਪੈਂਦੀ ਤੁਹਾਡਾ? ਪਰਮਿੰਦਰ ਕੌਰ। ਕਿਹੜਾ ਪਿੰਡ ਜੀ? ਬਸੰਤ ਕੌਰ। ਕੀ ਮਾਮਲਾ ਆ ਜਿਹੜਾ ਕੋਈ ਨਸ਼ਾ? ਮਾਮਲਾ ਸਰ, ਸਾਡੇ ਪਿੰਡ ਨੂੰ ਨਸ਼ਾ ਬਹੁਤ ਵੇਖ ਰਿਹਾ ਆ, ਇਸ ਨੂੰ ਠੱਲ ਪਾਉਣੀ ਚਾਹੀਦੀ ਆ। ਇਹ ਜੇਕਰ ਅਸੀਂ ਉਹਨਾਂ ਨੂੰ ਡੱਕਦੇ ਆ ਤੇ ਉਹ ਬੋਲਦੇ ਨੇ ਕਿ ਜੋ ਤੁਸੀਂ ਮਰਜ਼ੀ ਕਰ ਲਓ, ਅਸੀਂ ਸ਼ਰਿਆਮ ਵੇਚਣਾ। ਅੱਜ ਮੇਰੇ ਹਸਬੈਂਡ ਬਾਹਰ ਆਪਣੇ ਕੰਮ ਨੂੰ ਗਲੀ ਵਿੱਚ ਗਏ ਸੀ ਤੇ 2 ਮੁੰਡੇ ਇਦਾਂ ਲੈਣ ਆਏ ਸੀ ਉਹਨਾਂ ਦੇ ਘਰ, ਤੇ ਇਹਨਾਂ ਨੇ ਡੱਕਿਆ ਤੇ ਜਿਹੜਾ ਬੰਦਾ ਲੈ ਮਤਲਬ ਵੇਚ ਰਿਹਾ ਆ ਉਹਨੇ ਅੱਗੋਂ ਸ਼ਰਿਆਮ ਕਿਹਾ ਕਿ ਅਸੀਂ ਵੇਚਣਾ, ਤੁਸੀਂ ਜੋ ਮਰਜ਼ੀ ਕਰ ਲਓ। ਤੇ ਸਾਡੇ ਬੱਚਿਆਂ ਨੂੰ, ਸਾਡੇ ਘਰ ਦੇ ਜੀਆਂ ਨੂੰ ਇਹਨਾਂ ਤੋਂ ਡਰ ਆ ਕਿ ਕੋਈ ਵੀ ਨੁਕਸਾਨ ਹੁੰਦਾ ਆ ਤੇ ਇਹ ਕਰਵਾਉਣਗੇ, ਸਾਨੂੰ ਧਮਕੀਆਂ ਦਿੰਦੇ ਨੇ ਕਿ ਅਸੀਂ ਮੰਤਰੀਆਂ ਤੱਕ ਚੱਲ ਜਾਣਾ ਆ ਤੇ ਅਸੀਂ ਮਤਲਬ ਤੁਹਾਡੇ ਤੇ ਕਾਰਵਾਈ ਕਰਵਾਉਣੀ ਹੈ, ਤੇ ਇਹਨਾਂ ਨੂੰ ਖਤਮ ਕਰਨਾ ਚਾਹੀਦਾ। ਬਸੰਤ ਕੋਟ ਪਿੰਡ ਦੇ ਵਿੱਚ ਬਹੁਤ ਗੰਦ ਪਿਆ ਹੋਇਆ ਆ। ਅੱਜ ਤੁਸੀਂ ਪੁਲਿਸ ਥਾਣਾ ਕੋਟ ਦੀ ਸੂਤ ਮਲੇ ਕੀ ਵਿਸ਼ਵਾਸ ਪਾਇਆ ਉਹਨਾਂ ਨੇ ਤੇ ਕਿਹਾ ਹੈ ਕਿ ਅਸੀਂ ਕਾਰਵਾਈ ਕਰਾਂਗੇ, ਸਾਡੀ ਸਪੋਰਟ ਕਰੋ, ਤੇ ਅਸੀਂ ਤਾਂ ਉਹਨਾਂ ਦੇ ਨਾਲ ਆ ਸਰ। ਤੇ ਸਰਕਾਰ ਕਹਿੰਦੀ ਹੈ ਨਸ਼ਾ ਖਤਮ ਕਰੇ, ਸਰਕਾਰ ਤੋਂ ਕੀ ਮੰਗ ਕਰਦੇ? ਸਰਕਾਰ ਤੋਂ ਇਹੀ ਮੰਗ ਕਰਦੇ ਆ ਕਿ ਇਹ ਨਸ਼ਾ ਖਤਮ ਹੋਣਾ ਚਾਹੀਦਾ, ਕਿਉਂਕਿ ਇਹ ਆਉਣ ਵਾਲੀਆਂ ਪੀੜ੍ਹੀਆਂ ਨੂੰ ਬਹੁਤ ਜ਼ਿਆਦਾ ਡਰ ਆ। ਹੁਣ ਤਾਂ ਵੱਡੇ ਕਰ ਰਹੇ ਨੇ, ਬਾਅਦ ਵਿੱਚ ਛੋਟੇ ਛੋਟੇ ਬੱਚੇ ਨੇ ਜਿਹੜੇ ਉਹ ਵੇਖਦੇ ਸਾਰਾ ਕੁਝ ਕੀ ਹੋ ਰਿਹਾ ਪਿੰਡ ਦੇ ਵਿੱਚ, ਫਿਰ ਉਹੀ ਕੱਲ ਨੂੰ ਕਰਨਗੇ ਤੇ ਫਿਰ ਅਸੀਂ ਉਹਨਾਂ ਨੂੰ ਕਿਵੇਂ ਡੱਕ ਸਕਦੇ ਹਾਂ ਸਰ? ਤੇ ਸਾਡੀ ਇਹੀ ਮੰਗ ਆ ਕਿ ਇਹ ਨਸ਼ਾ ਬੰਦ ਹੋਣਾ ਚਾਹੀਦਾ। ਹਾਂਜੀ, ਕੀ ਨਾਮ ਜੀ ਤੁਹਾਡਾ? ਰਤਨ ਸਿੰਘ ਜੀ। ਕੀ ਮਾਮਲਾ ਤੁਹਾਡਾ ਪਿੰਡ ਦਾ? ਮਾਮਲਾ ਸਾਡੇ ਪਿੰਡ ਦਾ ਇਹ ਜੇ ਕਿ ਸਾਡੇ ਪਿੰਡ ਦੇ ਵਿੱਚ ਨਸ਼ਾ ਬਹੁਤ ਜ਼ਿਆਦਾ ਵਿਕ ਰਿਹਾ। ਪਿੰਡ ਦੇ ਸਿਆਣਿਆਂ ਨੇ, ਮੋਹਤਬਿਰ ਬੰਦਿਆਂ ਨੇ ਵੀ ਉਹਨਾਂ ਨੂੰ ਮਨਾ ਕੀਤਾ ਨਸ਼ਾ ਵੇਚਣ ਤੋਂ, ਪਰ ਉਹ ਮਤਲਬ ਨਹੀਂ ਆਖੇ ਲੱਗੇ। ਤੇ ਸਮੇਂ ਸਮੇਂ ਦੇ ਹਿਸਾਬ ਦੇ ਨਾਲ ਉਹਨਾਂ ਨੂੰ ਬਹੁਤ ਜ਼ਿਆਦਾ ਸਾਰਿਆਂ ਨੇ ਸਮਝਾਉਣ ਦੀ ਕੋਸ਼ਿਸ਼ ਵੀ ਕੀਤੀ, ਪਰ ਫਿਰ ਵੀ ਉਹ ਆਵਾਜ਼ ਨਹੀਂ ਆਏ। ਇਸ ਕਰਕੇ ਸਾਡੇ ਪਿੰਡ ਦੇ ਸਾਰੇ ਮੋਹਤਬਿਰ ਸਿਆਣੇ, ਸਰਪੰਚ ਵੀ, ਬੀਬੀਆਂ ਵੀ ਇਸੇ ਮਸਲੇ ਦੇ ਵਿੱਚ ਥਾਣੇ ਕੋਟਲੀ ਸੂਰਤਮੱਲੀ ਆਏ ਆਪਣੀ ਫਰਿਆਦ ਲੈ ਕੇ, ਤੇ ਸਾਡੇ ਪਿੰਡ ਦੇ ਵਿੱਚੋਂ ਨਸ਼ਾ ਬਿਲਕੁਲ ਖਤਮ ਹੋਣਾ ਚਾਹੀਦਾ। ਕਿਸੇ ਵੀ ਹਾਲਤ ਵਿੱਚ ਅਸੀਂ ਇਸ ਨਸ਼ੇ ਦੇ ਵਿਰੁੱਧ ਵਿੱਚ 100% ਸਪੋਰਟ ਦੇਣ ਵਾਸਤੇ ਤਿਆਰ ਹਾਂ, ਪਰ ਪ੍ਰਸ਼ਾਸਨ ਕੋਲੋਂ ਆਪਾਂ ਇਹ ਮੰਗ ਕਰਦੇ ਹਾਂ ਕਿ ਸਾਡੇ ਪਿੰਡ ਦੇ ਵਿੱਚ ਨਸ਼ਾ ਬਿਲਕੁਲ ਨਹੀਂ ਹੋਣਾ ਚਾਹੀਦਾ। ਜੇ ਇਹ ਨਹੀਂ ਖਤਮ ਹੁੰਦਾ ਤੇ ਪ੍ਰਸ਼ਾਸਨ ਖਤਮ ਹੈ ਬਿਲਕੁਲ। ਅਸੀਂ ਸ਼ਰਿਆਮ ਕਹਿੰਦੇ ਪ੍ਰਸ਼ਾਸਨ ਜਿਹੜਾ ਹੈ ਉਹ 0 ਹੈ, ਪ੍ਰਸ਼ਾਸਨ ਨਹੀਂ ਮੰਨਦੇ। ਜੇ ਇਹ ਨਸ਼ਾ ਵਿਕਦਾ ਪ੍ਰਸ਼ਾਸਨ ਚਾਹੇ ਤੇ 1 ਮਿੰਟ ਦੇ ਵਿੱਚ ਨਸ਼ਾ ਖਤਮ ਹੋ ਸਕਦਾ। ਸਾਡੀ ਪੁਰਜਰ ਅਪੀਲ ਆ ਕਿ ਪਿੰਡ ਦੇ ਵਿੱਚ ਨਸ਼ਾ ਜਿਹੜਾ ਹੈ ਬਿਲਕੁਲ ਨਹੀਂ ਵਿਕਣਾ ਚਾਹੀਦਾ, ਕਿਉਂਕਿ ਨਿੱਕੇ ਨਿੱਕੇ ਬੱਚੇ ਆ, ਆਉਣ ਵਾਲਾ ਸਮਾਂ ਆਪਾਂ ਕਿੱਦਾਂ ਦੀ ਗਰਾਊਂਡ ਤਿਆਰ ਕਰਨ ਰਹੇ ਹਾਂ ਜੋ ਬੱਚਿਆਂ ਦੇ ਭਵਿੱਖ ਵਾਸਤੇ ਬਹੁਤ ਖਤਰਨਾਕ ਸਾਬਤ ਹੋਏਗਾ।